ਸਿਮਨ ਕਰਨਾ ਬਈ, ਕੀੜਾ ਕਰਨਾ ਜਿੰਨਾ ਚਿਰ ਤੁਹਾਡਾ ਸਿਮਨ ਉਸ ਚੀਜ਼ ਦਾ ਹੋਏਗਾ ਜਿੰਨਾ ਇਸ ਚੀਜ਼ ਨਾਲ ਪਿਆਰ ਹੈ, ਜਿੰਨਾ ਬਹੁਤਾ ਪਿਆਰ ਉਹਦਾ ਬਹੁਤਾ ਸਿਮਨ ਹੋਏਗਾ। ਮਸਾਂ ਕਈਆਂ ਕੁੜੀਆਂ ਦੇ ਉੱਤੋਂ ਦੀ ਮੁੰਡਾ ਮਿਲ ਜਾਏ, ਬਸ ਤਾਂ ਉਹਦਾ ਰੱਬ ਮਾਂ ਦਾ ਉਹੀ ਹੈ, ਉਹਦਾ ਸਿਮਨ ਹੋ ਰਿਹਾ। ਪਹਾੜ ਤੋਂ ਮੈਂ ਕਿੰਨੇ ਕਰੀਏ, ਉਹਦਾ ਸਿਮਨ ਹੋ ਰਿਹਾ, ਸਹਿਜ ਸੁਭਾਅ ਹੋ ਰਿਹਾ, ਕਿਸੇ ਨੂੰ ਦੱਸਣ ਦੀ ਲੋੜ ਨੀ, ਉਪਦੇਸ਼ ਕਰਨ ਦੀ ਲੋੜ ਨੀ, ਉਹਦਾ ਉਹ ਸਿਮਨ ਹੋ ਰਿਹਾ ਹੈ। ਜਿਹਨਾਂ ਪਿਆਰ ਹੈ ਉਹਦਾ ਸਿਮਨ ਹੋ ਰਿਹਾ ਹੈ, ਉਹਦਾ ਮੱਲੋ ਮੱਲੀ ਹੋ ਰਿਹਾ ਹੈ। ਇਸ ਕਰਕੇ ਉਹ ਜਿੰਨਾ ਜ਼ਿਆਦਾ ਪਿਆਰ ਹੈ, ਜਿੰਨਾ ਤੀਬਰ ਪਿਆਰ ਹੈ, ਓਨਾ ਹੀ ਸਿਮਰਨ ਤੀਬਰ ਹੈ। ਤੇ ਜਿੰਨਾ ਤੀਬਰ ਹੈਗਾ ਕਿ ਆਪਣਾ ਆਪ ਉਸ ਗੁਆਚ ਜਾਵੇ, ਫਿਰ ਅਸੀਂ ਚੀਜ਼ ਥੋੜੀ ਜਿਹੀ ਨੂੰ ਤਰਲੇ ਕਰਨਾ ਬਈ, ਉਹ ਰੱਬ ਦਾ ਹਵਾ ਮੰਗੂ, ਆਪੇ ਆਵੜਦਾ ਖਾਲੀ ਕਰੇ ਬਈ, ਖਾਲੀ ਦਾ ਕਰੋ ਇਹਨੂੰ ਆਪਣੇ ਬਣਨਾ, ਬੁਲਾਉਣ ਦੀ ਲੋੜ ਨੀ, ਦਫ਼ਾ ਕਰਨ ਦੀ ਰੱਬ ਦਾ ਤੁਹਾਡੇ ਅੰਦਰ ਹੈ, ਖਾਲੀ ਕਰੋ ਭਾਂਡਾ। ਠੀਕ ਹੈ, ਕਹਿੰਦੇ ਹਾਂ ਕਿ ਆਪ ਤੁਹਾਨੂੰ ਰੱਬ ਦਿਖਾਈਏ, ਉਹ ਵੀ ਠੀਕ ਹੈ ਆਪਣੇ ਥਾਂ, ਪਰ ਰੱਬ ਤਾਂ ਉਹ ਕੌਣ ਹੈ ਦਿਖਾਉਣ ਵਾਲਾ, ਰੱਬ ਤਾਂ ਤੂੰ ਆਪ ਦੇਖ ਲਾ, ਖਾਲੀ ਕਰ ਦੇ ਮੈਂ ਮੇਰੀ, ਤੂੰ ਹੀ ਕਰ ਜਾ। ਤੇ ਤੂੰ ਕਰਦਾ ਤੂੰ ਪਿਆ, ਕਿਉਂਕਿ ਹੁਣ ਤਾਂ ਮੈਂ ਕਰਦਾ, ਮੈਂ ਤੇ ਮੇਰੀ ਕਰਦਾ ਰਹਿਣਾ, ਨੇੜੇ ਨੀ ਆਇਆ ਪਾਠ ਕਰਦੇ ਕਰਦੇ ਘੋੜ ਕਿਰਿਆ ਹੋਏ, ਅਨੇਕ ਕਰਮ ਕਰਦੇ ਹੋਏ ਵੀ ਘੋੜ ਕਿਰਿਆ ਨੀ ਕਰਦੇ, ਕਿਉਂਕਿ ਮੈਂ ਮੇਰੇ ਤੋਂ ਜਾਂਦੀ ਨੀ। ਜਬ ਹਮ ਹੋਤੇ ਤਬ ਤੁਮ ਨਾਹੀਂ, ਅਬ ਤੁਮ ਹੀ ਮੈਂ ਨਾਹੀਂ, ਤੂੰ ਤੂੰ ਕਰਦਾ ਤੂੰ ਪਿਆ, ਇਹ ਮੈਂ ਕਿਵੇਂ ਜਾਊ, ਮੈਂ ਤੇ ਮੇਰੀ, ਜਿੱਥੇ ਮੈਂ ਆ ਗਈ ਮੈਂ ਤੇ ਮਗਰ ਮੇਰੀ ਆ ਗਈ, ਇਹ ਸਾਰੀ ਦੁਨੀਆ ਮੈਂ ਮੇਰੀ ਚ ਫਸੀ ਹੈ, ਪਲਕੇ ਪਲਕੇ ਸਗਲੀ ਮੋਈ, ਝੂਠੇ ਧੰਦੇ ਮੋ ਗਰ ਗਰ, ਇਹਨਾਂ ਚ ਫਸੀ ਹੋਈ ਹੈ। ਤੇ ਉਹ ਮਾਸ਼ਾ ਲੋਕਾਂ ਨੂੰ ਬੜਾ ਦਿਖਾਉਂਦੇ ਆ, ਆਪਣੇ ਆਪ ਨੂੰ ਵੀ ਧੋਖਾ ਦਿੰਦੇ ਕਿ ਮੈਂ ਬੜਾ ਭਗਤ ਹਾਂ, ਦੇਖੋ ਮੈਂ 2 ਵਜੇ ਉੱਠਦਾ, ਤੇ ਉਹ ਠਾਠਾ ਬਾਗਾ ਕਰਦੇ ਆ, ਝੂਠੀ ਮਾਇਆ ਸਿਉ ਮੇਰਾ ਮਨ ਲਾਗਾ, ਸੱਚੇ ਨਾਮ ਸਿਉ ਮੇਰਾ ਠਾਠਾ ਲਾਗਾ। ਆਹ ਉਲਟਾ ਪਾਣੀ ਤੋਂ ਉਲਟ ਸਾਡੀ ਜ਼ਿੰਦਗੀ ਹੈ, ਉਹ ਬਣੇ ਫਿਰਦੇ ਆ, ਬੜੇ ਧਾਰਮਿਕ, ਬੜੇ ਭਲੇ ਭਲੇਰੇ ਬਣੇ ਫਿਰਦੇ, ਪ੍ਰਚਾਰ ਵੀ ਕਰਦੇ ਫਿਰਦੇ, ਭਲੇ ਭਲੇਰੇ ਬਣੇ ਫਿਰਦੇ। ਸੋ ਸੌਖੇ ਵੀ ਹੈ ਮਿਲਦਿਆਂ ਢਿੱਲ ਨਾ ਲੱਗੇ, ਜੇ ਨੀਯਤ ਰਾਸ ਕਰੇ, ਨੀਯਤ ਰਾਸ ਕੀ ਕਰਨੀ ਹੈ, ਤੂੰ ਮੈਂ ਛੱਡਣ ਦੱਸ ਹੋ ਗਿਆ, ਤੂੰ 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 ਕਰੇ, ਤੂੰ ਤੂੰ ਜੇ ਕਰ ਗਿਆ ਤਾਂ ਪਹਿਲਾਂ ਘਰਦਿਆਂ ਨੇ ਝਿੜਕਣਾ ਹੈ, ਤੂੰ ਤੂੰ ਕਰਨਾ, ਤੂੰ ਬੁੱਢਾ ਹੋ ਕੇ ਟੋਲਿਆ ਹੋ ਗਿਆ, ਉਦੋਂ ਦੇਖ ਲਈ ਤੂੰ ਅਸੀਂ ਕਰਨੀ, ਤੇ ਹੁਣੇ ਲੱਗ ਗਿਆ ਤੂੰ ਪੜ੍ਹਨਾ ਹੈ, ਬੀ ਏ ਐਮ ਏ ਕਰਨਾ, ਨੌਕਰੀ ਕਰਨੀ, ਤੇ ਅਭਿਆਸ ਕਰਾਂਗੇ, ਪੋਤਰੇ ਆਊਗੇ, ਫਲਾਣਾ ਦਿੰਦਾ, ਤੇ ਉਹ ਉਹਦੇ ਮਗ ਲੱਗ ਜਾਂਦੇ ਹੈ। ਇਹ ਮੈਨੂੰ ਇੱਕ ਬੀਬੀ ਦੀ ਹੁਣੇ ਚਿੱਠੀ ਆਈ ਹੈ, ਜਾਨੀ ਤਾਂ ਕਹਿੰਦੀ ਜਦੋਂ ਮੈਂ ਕਹਿੰਦੀ ਮੈਂ ਸਤਸੰਗ ਤੇ ਜਾਣਾ, ਮੈਂ ਦੁਰਦਰ ਜਾਣਾ, ਮੈਂ ਬਲਜਿੰਦ ਜਾਣਾ, ਮੈਂ ਦਰਬਾਰ ਸਾਹਿਬ ਜਾਣਾ ਹੈਗਾ। ਤੇ ਉਹ ਘਰ ਵਾਲਾ ਕਹਿੰਦਾ, ਕਹਿੰਦੇ ਮਹਾਰਾਜ ਪ੍ਰਕਾਸ਼ ਕੀਤਾ ਹੋਇਆ, ਇੱਥੇ ਪਾਠ ਕਰਿਆ ਕਰ, ਇੱਥੇ ਵਾਧੂ ਵਾਗੂ ਕਰ ਲਿਆ ਕਰ, ਬਾਹਰ ਨੂੰ ਬਾਹਰ ਤਾਂ ਕੁਛ ਫਾਇਦਾ ਨਹੀਂ ਆਏਗਾ, ਬਾਣੀ ਉਹ ਕਹਿੰਦੀ ਹੈ ਕਰਨੇ ਸਭ ਕੁਛ ਬਾਹਰ ਨਾ, ਚੁੱਪ ਕਰਾ, ਕਹਿੰਦੇ ਮੈਂ ਕੀ ਕਰਾਂ, ਮੇਰੇ ਅੰਦਰ ਇੱਕ ਧੁੱਖ ਸੁੱਖੀ ਲੱਗ ਪਈ ਹੈ, ਸੰਗਤ ਦੀ ਪਿਛਲੇ ਧਰਮ ਦੀ ਕਮਾਈ,
उस लड़की ने कमाई है, ओ ओ ओ ओ भूखी भी है, ओ भूखों ने चिकन नहीं दी, ओ जितना वो हाल है जी, ओ भी उसी जिम्मेदार में साल की मुझ चोई हो रही है, ऐसे मुझ चोई है, ओ की हो रही है हाँ, तो इसने बानवे साल टकरा मार के और नमाजियां पढ़ के थक गया जिंदा उठ फरीदा कबन कर दुनिया पालन जा मत कोई बख्शिया मिल जाए तू भी बख्शिया जाए बानी जाए ओ हाल हुई ये कल्ली नहीं बैठी है रूहां है क्या पिछले जल्दी उन्हें भी कमाई है उन्हें रूहां है क्या ओह संग जा रहे हैं रिक्का पहुंच गए मैं उठो इच्छी आई थी मैं ओ उसे रंग लग गया है दीदी ने अपने मां बाप ने चिट्ठी लिखी है ते बड़ा रंग हैगा ते ओ सुनया कि इहदा सोमा दा दोदरा है तो साडे कोल है असीं तरसदे हां दोदरा आउण नूं दोदरा असीं दोदरा कहिंदे ओ दोदरा साफ कहिंदे ਨਹੀਂ ਜਾਂਦੇ ਕਿਸਮ ਦਾ ਸੋਨਾ ਨਹੀਂ ਆਉਂਦਾ।